ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ। ਮੇਰਾ ਨਾਮ ਰਣਦੀਪ ਸਿੰਘ ਆ, ਮੇਰੇ ਗਾਂ ਦਾ ਨਾਮ ਹੈਗਾ ਰਾਠੀਆਂ, ਅਤੇ ਮੈਂ ਜਿਹੜਾ ਜ਼ਿਲ੍ਹਾ ਪਵਾ ਪਟਿਆਲਾ। ਮੈਂ ਸਕੂਲ ਜਿਹੜੀ ਪੜ੍ਹਾਈ ਆ ਪੜ੍ਹੀ ਉਹ ਮਾਡਲ ਸਕੂਲ ਯੂਨੀਵਰਸਿਟੀ 'ਤੇ ਕਰੀ ਆ, ਫਿਰ ਬੀ ਏ ਮੈਂ ਕਰ ਲਾਂਗੀ ਖਾਲਸਾ ਕਾਲਜ ਪਟਿਆਲਾ 'ਤੇ ਕਰੀ ਆ, ਅਤੇ ਉਸ ਤੋਂ ਬਾਅਦ ਇਹ ਮੈਂ ਲਾ ਕਰ ਰਿਹਾ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਮਾਂ। ਠੀਕ ਹੈ ਜੀ। ਪਹਿਲਾਂ ਮੈਨੂੰ ਕ੍ਰਿਕਟ ਖੇਡਣ ਦਾ ਬਹੁਤ ਸ਼ੌਂਕ ਤਾ, ਧੱਕੇ ਧੁੱਕੇ ਖਾਏ ਕੁਛ ਬਣਿਆ ਨਹੀਂ ਹੈਗਾ, ਫਿਰ ਮੈਂ ਛੱਡ ਦਿੱਤੀ, ਫਿਰ ਪੜ੍ਹਨ ਪੁੜ੍ਹਨ ਲੱਗ ਗਿਆ ਮੈਂ। ਹੁਣ ਪੀ ਸੀ ਐੱਸ ਦੀ ਤਿਆਰੀ ਸ਼ੁਰੂ ਕਰੀ ਆ, ਦੇਖੋ ਕਰੀਏ ਸ਼ੁਰੂ ਕਰੀਏ ਮਤਲਬ ਹਜੇ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਮੈਂ ਆਪਣੇ ਦੋਸਤਾਂ ਨਾਲ ਬੋਲਣਾ ਪੰਜਾਬੀ ਆ, ਪਰ ਮੈਨੂੰ ਸ਼ਰਮ ਜੀ ਆਵਾ ਮੈਨੂੰ ਇਸ ਵਾਂ, ਪਰ ਮੈਂ ਕੋਸ਼ਿਸ਼ ਕਰਦਾ ਹੁਣ ਪੰਜਾਬੀ ਨਾ ਬੋਲੇ ਕਰਾਂ, ਆਪਣੇ ਗਾਉਂ ਕੀ ਭਾਸ਼ਾ ਬੋਲੇ ਕਰਾਂ, ਕਿਉਂਕਿ ਮੈਨੂੰ ਇੱਕ ਜੋ ਵੀ ਚੱਕਰ ਆ ਉਹ ਮੈਨੂੰ ਐਂ ਸਮਝਦੇ ਆ ਵੀ ਜਿਸ ਤਰ੍ਹਾਂ ਵੀ ਉਹ ਅਨਪੜ੍ਹ ਗਵਾਰ ਆ, ਕਿਸ ਤਰ੍ਹਾਂ ਬੋਲ ਲੈਣ, ਪੰਜਾਬੀ ਪੰਜਾਬੀ ਉਹ ਬੋਲਦਾ ਹੀ ਨਹੀਂ ਹੈਗਾ, ਤਾਂ ਕਰਕੇ ਮੈਨੂੰ ਸ਼ਰਮ ਆਵਾ। ਪਰ ਮੈਂ ਹੁਣ ਥੋੜ੍ਹਾ ਥੋੜ੍ਹਾ ਆਪਣੇ ਆਪ ਨੂੰ ਬਦਲ ਰਿਹਾ, ਮੈਂ ਪੂਰੀ ਗਾਉਂ ਕੀ ਭਾਸ਼ਾ ਬੋਲੇ ਕਰਾਂ ਇਹ ਮੈਂ। ਠੀਕ ਆ। ਘਰ ਕੇ ਮਾਰੇ ਕਰਾਂ ਖੇਤੀ ਬਈ, ਸਿੱਧੀ ਜੀ ਬਾਤ ਆ, ਆਈ ਚਲਾਈ ਚੱਲੀ ਜਾਂਦੀ ਆ, ਵਧੀਆ ਜੀ, ਬਚਦਾ ਬੁਝਦਾ ਹੈ ਨਹੀਂ ਕਣਕਾਂ ਮਾਂ ਅਤੇ ਕੁਛ। ਠੀਕ ਆ ਜੀ। ਅਤੇ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ।